ਲੈਣ ਵਾਸਤੇ ਇੱਥੇ ਪਹੁੰਚੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਆ ਔਰ ਅੱਛਾ ਬਲ ਮਿਲੇਗਾ ਸਾਰੀ ਪਾਰਟੀ ਨੂੰ ਔਰ ਪੰਜਾਬ ਪ੍ਰਤੀ ਵੀ ਬਿਲਕੁਲ ਨਵਜੋਤ ਸਿੱਧੂ ਮੋਹਰੇ ਹੋ ਕੇ ਇਲੈਕਸ਼ਨ ਜਿਹੜੀ ਆ ਉਹ ਲੜਨਗੇ ਔਰ ਕਾਂਗਰਸ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਇਲੈਕਸ਼ਨ ਜਿੱਤੇਗੀ ਦੇਖੋ 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 ਜ਼ਿੰਮੇਵਾਰੀ ਸਭ ਤੋਂ ਵੱਡੀ ਇਹ ਹੈ ਕਿ ਇਸ ਵੇਲੇ ਪੰਜਾਬ ਨੂੰ ਮੁੜ ਲੀਆਂ ਤੇ ਲੈ ਕੇ ਆਉਣਾ ਆ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਕੰਮ ਕਰਨਾ ਔਰ ਉਹ ਜ਼ਿੰਮੇਵਾਰੀ ਜਿਹੜੀ ਹੈ ਤੈਅ ਪਾਰਟੀ ਹਾਈ ਕਮਾਂਡ ਨੇ ਕਰਨੀ ਹੁੰਦੀ ਹੈ ਪਰ ਫਿਰ ਵੀ ਨਵਜੋਤ ਸਿੱਧੂ ਇੱਕ ਪਾਰਟੀ ਦੇ ਸਿਪਾਹੀ ਨੇ ਸਾਬਕਾ ਪ੍ਰਧਾਨ ਨੇ ਸਾਬਕਾ ਮਿਨਿਸਟਰ ਨੇ ਕਾਂਗਰਸ ਪਾਰਟੀ ਦੇ ਇਹ ਜ਼ਿੰਮੇਵਾਰੀਆਂ ਵੈਸੇ ਸਾਡਾ ਫਰਜ਼ ਬਣਦਾ ਨਿਭਾਉਣ ਦਾ ਨਿਭਾਉਣਗੇ ਵੀ ਬਹੁਤ ਵੱਡੀ ਖਬਰ ਹੈ ਦੇਖੋ ਇਹਦੇ ਨਾਲ ਬਹੁਤ ਵੱਡਾ ਬਲ ਮਿਲੂਗਾ ਸਾਡੇ ਵਰਕਰਾਂ ਨੂੰ ਵੀ ਪਾਰਟੀ 'ਚ ਵੀ ਜੋਸ਼ ਆਏਗਾ ਔਰ ਖਾਸ ਕਰ ਪੰਜਾਬ ਦੇ ਵਿੱਚ ਜਿਹੜੀ ਵੱਡੀ ਇਸ ਵੇਲੇ ਖਿਲਾਫ ਪੈਦਾ ਹੋਇਆ ਉਹਦੇ ਵਾਸਤੇ ਇੱਕ ਸਮੁੱਚੀਆਂ ਧਿਰਾਂ ਨੂੰ ਸਾਡੀ ਕਾਂਗਰਸ ਪਾਰਟੀ ਨੂੰ ਇੱਕ ਥੰਮ ਦੀ ਤਰ੍ਹਾਂ ਨਾਲ ਖਲੋਣਾ ਪਊਗਾ ਔਰ ਇਹ ਨਵਜੋਤ ਸਿੱਧੂ ਉਹਦੇ ਇੱਕ ਥੰਮ ਦੇ ਉਹ ਵੀ ਇੱਕ ਲੀਡਰ ਨੇ ਵੱਡੇ ਸਾਡੇ ਟੋਲਸਟ ਲੀਡਰ ਨੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਕਹਿ ਸਕਦੇ ਆ ਪਰ ਉਹਨਾਂ ਦੇ ਨਾਲ ਬਾਕੀ ਲੀਡਰਾਂ ਦੇ ਸਬਾਨ ਦੇ ਸਾਰੇ ਇਕੱਠੇ ਹੋ ਕੇ ਇਹ ਸਾਡੇ PCC ਪ੍ਰੈਜ਼ੀਡੈਂਟ ਸਾਡੇ LOP ਲੀਡਰ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਦੇਖੋ ਮਾੜੀ ਮੋਟੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਉਹ ਸਿਰਫ ਕਈ ਵਾਰ ਮੀਡੀਆ ਦੇ ਵਿੱਚ ਜ਼ਿਆਦਾ ਉਛਲ ਜਾਂਦੀਆਂ ਨੇ ਮੈਂ ਗੱਲ ਗੱਲ ਸੁਣ ਲਈ ਆਪਾਂ ਕਿਹੜੀ ਪਾਰਟੀ ਹੈ ਮੈਨੂੰ ਇੱਕ ਗੱਲ ਦੱਸ ਦਿਓ ਅਕਾਲੀ ਦਲ ਕਿੱਥੇ ਹੈ ਕਿਤੇ ਉਹਦਾ ਵਜੂਦ ਕਿਸੇ ਬੰਨੇ ਦੇਖਦਾ ਖੇਰੂ ਖੇਰੂ ਹੋਇਆ ਪਿਆ ਆਪ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਤੁਹਾਨੂੰ ਪਤਾ ਹੈ ਪਿੰਡਾਂ ਦੇ ਵਿੱਚ ਜਿੰਨਾ ਵੱਡਾ ਵਿਰੋਧ ਉਹਨਾਂ ਦਾ ਹੋ ਰਿਹਾ BJP ਦੇ ਵਿੱਚ ਜਿਹੜੇ ਵੀ ਸਾਡੇ ਲੀਡਰ ਸਾਹਿਬਾਨ ਗਏ ਨੇ ਉਹਨਾਂ ਦਾ ਤੁਸੀਂ ਆਪ ਉਹਨਾਂ ਨੂੰ ਕਿਤੇ ਪਰਸਨਲ ਇੰਟਰਵਿਊ ਨਾ ਕਰਿਓ ਪਰਸਨਲ ਬਹਿ ਕੇ ਵੈਸੇ ਪੁੱਛ ਲਿਓ ਕੀ ਹਾਲਾਤ ਸੋ ਮੇਰਾ ਮਕਸਦ ਕਹਿਣ ਦਾ ਹੈ ਕਿ ਕਾਂਗਰਸ ਤੇ ਪਾਰਟੀ ਦੇ ਵਿੱਚ ਟੋਲਸਟ ਲੀਡਰ ਹੋਣ ਕਰਕੇ ਕਈ ਵਾਰੀ ਵਿਚਾਰਾਂ ਦੀ ਮਤਭੇਦ ਤੁਹਾਨੂੰ ਲੱਗਣਗੇ ਜ਼ਰੂਰ ਪਰ ਜਿੱਥੇ ਕਾਂਗਰਸ ਦੀ ਆਈਡੀਓਲੋਜੀ ਦੀ ਗੱਲ ਹੈ ਉੱਥੇ ਸਾਰੇ ਅਸੀਂ ਇਕਮੁੱਠ ਹੋ ਕੇ ਲੜਾਈ ਲੜਾਂ ਅੰਮ੍ਰਿਤਸਰ ਤੋਂ ਚੱਲ ਕੇ ਪਟਿਆਲਾ ਪਹੁੰਚ ਗਏ ਪਰ ਕਈ ਬੰਦੇ ਚੰਡੀਗੜ੍ਹ ਤੋਂ ਚੱਲ ਕੇ ਪਟਿਆਲਾ ਨਹੀਂ ਪਹੁੰਚੇ ਦੇਖੋ ਅੱਜ ਨਾ ਸਾਰੇ ਬਹੁਤ ਵੱਡਾ ਤੁਹਾਡੇ ਪ੍ਰੋਗਰਾਮ ਆਇਆ ਰਾਹੁਲ ਗਾਂਧੀ AICC ਵੱਲੋਂ ਅਡਾਨੀ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਉਹ ਅਸੀਂ ਅੱਜ ਟੋਟਲ ਮੀਟਿੰਗਾਂ ਜਿਹੜੀਆਂ ਸੀ ਉਹ AICC ਵੱਲੋਂ ਰੱਖੀਆਂ ਗਈਆਂ ਨੇ ਔਰ MLA ਸਾਹਿਬਾਨ ਸਾਰੇ ਉੱਥੇ ਆਪਣੇ ਕੋਲ ਜਿਹੜੇ ਉਹ ਕਰ ਰਹੇ ਨੇ ਹਲਕਿਆਂ ਦੇ ਵਿੱਚ ਬਾਕੀ ਅਸੀਂ ਵੀ ਸਾਡੀਆਂ ਵੀ ਡਿਊਟੀਆਂ ਲੱਗੀਆਂ ਸੀ ਔਰ ਅਸੀਂ ਵੀ ਆਏ ਅਸੀਂ ਰਿਕੁਐਸਟ ਕਰਕੇ ਵੀ ਸਾਡਾ ਇੱਥੇ ਹੋਣਾ ਵੀ ਕੋਈ ਜ਼ਰੂਰੀ ਆ ਉੱਥੇ ਵੀ ਜ਼ਰੂਰੀ ਕਿਉਂਕਿ ਅੱਜ ਵੇਖੋ ਦੇਸ਼ ਜਿੱਦਾਂ ਦੀ ਰਾਜਕਤਾ ਆ ਕਾਂਗਰਸ ਇੱਕ ਐਸੀ ਪਾਰਟੀ ਹੈ ਜਿਹੜੀ 47 ਤੋਂ ਲੈ ਕੇ ਅੱਜ 47 ਤੋਂ ਪਹਿਲਾਂ ਵੀ ਔਰ ਬਾਅਦ 'ਚ ਵੀ ਜਿਹਦਾ ਬੜਾ ਵੱਡਾ ਇੱਕ ਯੋਗਦਾਨ ਹੈ ਸੈਕੂਲਰ ਵਿਚਰਨ ਦਾ ਸਾਰੇ ਧਰਮਾਂ ਦੇ ਜਾਤਾਂ ਦੇ ਲੋਕਾਂ ਨੂੰ ਇਕੱਠੇ ਲੈ ਕੇ ਚੱਲਣ ਦਾ ਉੱਤੇ ਵੱਡੀ ਜ਼ਿੰਮੇਵਾਰੀ ਹੈ ਕਿ ਅੱਜ ਦੇਸ਼ ਦੇ ਮੋਹਰੀ ਹੋ ਕੇ ਕੰਮ ਕਰੇ ਕਿਉਂਕਿ ਜਿਹੜਾ 20,000 ਕਰੋੜ ਦਾ ਵੱਡਾ ਘਪਲਾ ਆ ਉਹਦੇ 'ਚ ਪੈਸੇ ਕਿਤੇ ਪੈਸੇ ਤਾਂ ਲੋਕਾਂ ਦੇ ਹੀ ਨੇ ਨਾ ਟੈਕਸਪੇਅਰ ਦੇ ਪੈਸੇ ਨੇ ਜਿਹੜੇ ਲੁੱਟ ਕੇ ਖੜੇ ਨੇ ਸੋ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਹਮੇਸ਼ਾ ਬਣਦੀ ਹੈ ਅਗਾਂਹ ਵੀ ਬਣਦੀ ਰਹੇਗੀ ਅੱਜ ਜਿਹੜਾ ਆ ਅੱਜ ਤੁਸੀਂ ਜਾ ਕੇ ਵੇਖ ਲਓ ਸਾਰੇ ਬਲਾਕਾਂ ਦੇ ਵਿੱਚ ਹਲਕਿਆਂ ਦੇ ਵਿੱਚ ਜਿਹੜੇ ਨੇ ਉਹ ਐਜੀਟੇਸ਼ਨ ਵੀ ਹੋ ਰਹੇ ਨੇ ਔਰ ਮੀਟਿੰਗਾਂ ਵੀ ਹੋ ਰਹੀਆਂ ਨੇ ਮੈਂ ਉਹਨਾਂ ਦੇ ਪਰਸਨਲ ਵਿਊ ਹੋ ਸਕਦੇ ਹੋ ਕਿਸੇ ਬਾਰੇ ਕੀ ਰੱਖਦੇ ਆ ਰਾਜਾ ਵੜਿੰਗ ਸਾਡੇ ਪ੍ਰਾਂਟੀ ਦੇ ਪ੍ਰਧਾਨ ਨੇ ਮੈਂ ਤੁਹਾਨੂੰ ਦੱਸ ਰਿਹਾ ਕਿ ਬਤੌਰ ਇੱਕ ਜ਼ਿੰਮੇਵਾਰੀ ਹੋਣ ਦੇ ਕਿ ਅੱਜ ਸਾਰੇ ਪ੍ਰੋਗਰਾਮ ਰਾਜਾ PCC ਦੀ ਅਧਿਅਕਸ਼ਤਾ ਦੇ ਵਿੱਚ ਸਾਰੇ ਪੰਜਾਬ 'ਚ ਚੱਲ ਰਹੇ ਤੁਸੀਂ ਦੇਖ ਸਕਦੇ ਜੇ ਔਰ ਤੁਸੀਂ ਇਹਦੀ ਖਬਰ ਵੀ ਲੈ ਸਕਦੇ ਇਹ ਦੇਖੋ ਇਹ ਆਪਣਾ ਦੱਸ ਸਕਦੇ ਉਹਨਾਂ ਦੀ ਆਪਣਾ ਇੰਡੀਵਿਜੁਅਲ ਕੋਈ ਆਪਣਾ ਬਿਆਨ ਦੇ ਸਕਦਾ ਕੋਈ ਪਾਰਟੀ ਪਲੇਟਫਾਰਮ ਤੋਂ ਬਿਆਨ ਜਿਹੜਾ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪਾਰਟੀ ਕਿੱਥੇ ਹੈ ਪਾਰਟੀ ਢਾਂਚਾ ਤੁਹਾਨੂੰ ਲੱਗਦਾ ਵੀ ਅਸਰ ਪਵੇਗਾ ਸਿੱਧੂ ਦੀ ਰਿਹਾਈ ਤੋਂ ਬਾਅਦ ਦੇਖੋ ਕੁਦਰਤੀ ਗੱਲ ਹੈ ਪਾਰਟੀ ਮਜ਼ਬੂਤ ਹੁੰਦੀ ਹੈ ਜਦੋਂ ਦੇਖੋ ਲੋਕ ਵਿਊ ਜੁੜਦੇ ਨੇ ਲੋਕਾਂ ਦਾ ਜਿਹੜਾ ਆਪਸੀ ਜਿਹੜੇ ਲੋਕਾਂ ਦਾ ਮਨ ਹੁੰਦਾ ਹੈ ਕਿ ਇਹ ਇਹਨਾਂ ਨੂੰ ਸਟਰੋਂਗ ਕਰੀਏ ਔਰ ਸਿੱਧੂ ਇੱਕ ਇਮਾਨਦਾਰ ਲੀਡਰ ਨੇ ਉਹਨਾਂ ਵਾਸਤੇ ਜਦੋਂ ਪਾਰਟੀ ਦੇ ਵਿੱਚ ਉਹ ਚੱਲਣਗੇ ਵਿਚਰਨਗੇ ਕੁਦਰਤੀ ਗੱਲ ਹੈ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲਦੀ ਹੈ ਔਰ ਉਹਦੇ ਨਾਲ ਅਸੀਂ ਜਿਹੜੇ ਲੋਕ ਮੁੱਦੇ ਆ ਉਹਨਾਂ ਨੂੰ ਹੋਰ ਵੀ ਵਾਰ ਸਕਦੇ ਆ ਜਿੰਨੀ ਚੋਣਾਂ ਹੋਣ ਚਾਹੇ 2024 ਦੇ ਲੋਕ ਸਭਾ ਇਲੈਕਸ਼ਨ ਹੋਣ ਕੀ ਰੋਲ ਨਵਜੋਤ ਸਿੰਘ ਸਿੱਧੂ ਦਾ ਦੇਖ ਰਹੇ ਹੋ ਉਹਨਾਂ ਦੇ ਵਿੱਚ ਦੇਖੋ ਨਵਜੋਤ ਸਿੱਧੂ ਇਸ ਵੇਲੇ ਪਾਰਟੀ ਲਈ ਤਗੜੇ ਹੋ ਕੇ ਕੰਮ ਕਰਨਗੇ ਔਰ ਜਿਹੜਾ ਉਹਨਾਂ ਦਾ ਕੱਦ ਆ ਉਹਦੇ ਕੱਦ ਤੇ ਤੁਹਾਡੇ ਕੋਲ ਆਪਣੇ ਆਟੋਮੈਟਿਕਲੀ ਹੈਗਾ ਆ ਬਾਕੀ ਉਹ ਜਦੋਂ ਸਮੁੱਚੇ ਇਕੱਠੇ ਹੋ ਕੇ PCC ਪ੍ਰੈਜ਼ੀਡੈਂਟ LOP ਲੀਡਰ ਨਵਜੋਤ ਸਿੱਧੂ ਕੰਮ ਕਰਾਂਗੇ ਤੇ ਉਹਦਾ ਇੱਕ ਅੱਛਾ ਮਾਹੌਲ ਸਿੱਟਿਆ ਜਾਏਗਾ ਔਰ ਪਾਰਟੀ ਮੁੜ ਤਾਕਤਵਾਲ ਆਏਗੀ ਪਾਰਟੀ ਸਾਰੀਆਂ ਇਲੈਕਸ਼ਨਾਂ ਜਿੱਤੇਗੀ ਜ਼ਿਮਨੀ ਚੋਣਾਂ ਵੀ ਜਿੱਤੇਗੀ ਅਗਲੀਆਂ ਵੀ ਜਿੱਤੇਗੀ ਪਾਰਟੀ ਇਲੈਕਸ਼ਨ ਸਾਹਿਬ 2024 ਦੇ ਵਿੱਚ ਉਹੀ ਸੀਟ ਧੋਖੀ ਹੈ ਜਿੱਥੇ ਤੁਸੀਂ MP ਲੜੇ ਹੋ ਕਿਸੇ ਸਮੇਂ ਨਵਜੋਤ ਸਿੰਘ ਸਿੱਧੂ BJP ਦੇ ਰਹੇ ਆ ਜੇਕਰ ਉਹ ਸੀਟ ਨੂੰ ਲੈ ਕੇ ਸਿੱਧੂ ਨੂੰ ਦਿੱਤਾ ਜਾਂਦਾ ਤਾਂ ਕੀ ਤੁਸੀਂ ਤਿਆਰ ਹੋ ਮੈਂ ਕਿਹਾ ਜੋ ਨਵਜੋਤ ਸਿੰਘ ਸਿੱਧੂ ਚਾਹਣਗੇ ਕਰ ਦੇਵਾਂਗੇ ਹੋਰ ਦੱਸੋ
ਬਾਕੀ ਬਾਕੀ ਇਹ ਹੈ ਕਿ ਇਹ ਤੇ ਤੁਹਾਡੀਆਂ ਕਿਆਸ ਰਹੀਆਂ ਹੋ ਸਕਦੀਆਂ ਤੁਸੀਂ ਕਿਸੇ ਪ੍ਰਤੀ ਵੀ ਲਾ ਸਕਦੇ ਜੇ ਇਹ ਸਵਾਲ ਤੇ ਤੁਸੀਂ ਹਰੇਕ ਤੇ ਚੁੱਕ ਸਕਦੇ ਹੋ ਤੁਹਾਡੀ ਮੈਂ ਤਾਂ ਕਿਹਾ ਮੈਂ ਕਿਹਾ ਮੈਂ ਇੱਕ ਪਾਰਟੀ ਦਾ ਵਰਕਰ ਆਮ ਵਰਕਰ ਆ ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਊ ਮੈਂ ਪਾਰਟੀ ਵਾਸਤੇ ਖੜਾ ਹਾਂ ਕੋਈ ਲੜਾਈ ਨਹੀਂ ਅੰਮ੍ਰਿਤਸਰ ਚ ਜੀ ਔਰ ਤੁਸੀਂ ਇਹ ਸਵਾਲ ਸਿੱਧੂ ਸਾਹਿਬ ਨੂੰ ਪੁੱਛ ਲਓ ਸ਼ੁਕਰੀਆ ਸ਼ੁਕਰ ਜੀ।